सत श्री अकाल, तुसीं वेख रहे हो लोक विरसा ते मैं तुहाडा अपना स्वराज सिंह इस वक्त पिंड लहंगेवाला दे विच मौजूद हाँ, जिथे अज तीसरा खूनदान कैंप जिहड़ा लवाया जा रहा है। सो पिंड लहंगेवाले की गल करिए, जदों किसानी अंदोलन शुरू होया सी तां इस पिंड का बहुत वड्डा योगदान सी उस अंदोलन दे विच। अज भी जे गल करदे हां तां जिथे भी किते किसानी की गल चलदी है तां पिंड लहंगेवाले दे जिहड़े नौजवान है सेवा दे नाल उत्थे पहुँचते हैं। सो हर साल उन्हां शहीदां दी याद दे विच जो किसानी अंदोलन दे चलदिआं अपने हक्कां दे लई अपनी जमीन नूं बचाउण दे लई अपने जमीर नूं बचाउण दे लई शहीद होए सी, उन्हां दी शहीदी नूं हर साल इस पिंड दे वल्लों याद कीता जांदा है। सो अज तीसरा जिहड़ा खूनदान कैंप इत्थे लग्गा है। सो कुछ किसान आगू भी इत्थे पहुंचे ने, पिंड दे जिहड़े नौजवान है वो साडे नाल मौजूद है। सो आओ आपां उन्हां दे नाल तुहाडी गलबात वी करवाउंदे हां। ਸਤਿ ਸ਼੍ਰੀ ਅਕਾਲ ਜੀ। ਹਰਜੀਤ ਸਿੰਘ ਜੀ। ਹਰਜੀਤ ਸਿੰਘ ਜੀ, ਅੱਜ ਤੀਜਾ ਖੂਨਦਾਨ ਕੈਂਪ ਜਿਹੜਾ ਲਗਾਇਆ, ਹਾਂਜੀ ਹਾਂਜੀ, ਤੁਸੀਂ ਕਦੋਂ ਆਏ? ਹਾਂਜੀ, ਜੋ ਕਿਸਾਨੀ ਸੰਘਰਸ਼ ਵਿੱਚ ਜੋ ਕਿਸਾਨ ਸ਼ਹੀਦ ਹੋਏ ਸਨ, ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਆਏ ਸਾਲ ਮਹੱਲਾ ਖੂਨਦਾਨ ਕੈਂਪ ਲਵਾਉਂਦੇ ਹਾਂ ਜੀ। ਇਸ ਸਾਲ ਸਾਡਾ ਤੀਸਰਾ ਖੂਨਦਾਨ ਕੈਂਪ ਹੈ, ਜਿਸ ਵਿੱਚ ਖੂਨਦਾਨ ਕੈਂਪ, ਅੱਖਾਂ ਦਾ ਕੈਂਪ, ਚਮੜੀ ਦਾ ਜੀ, ਅਤੇ ਹਰ ਬਿਮਾਰੀ ਦਾ, ਜਿਸ ਵਿੱਚ ਮਹੱਲਾ ਇੱਥੇ ਆ ਕੇ SPS ਹਸਪਤਾਲ ਵੱਲੋਂ ਜਾਂਚ ਕੈਂਪ ਕਰਾਇਆ ਗਿਆ ਅਤੇ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੇ। ਅਤੇ ਜੋ ਖੂਨਦਾਨ ਕਰ ਰਹੇ ਨੇ ਅਤੇ ਜੋ ਸੰਗਤ ਸਾਡੇ ਇੱਥੇ ਮਹੱਲਾ ਪਹੁੰਚੀ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜੀ ਆਇਆਂ ਕਹਿੰਦੇ। ਸੋ ਸਾਡੇ ਵਿਚਕਾਰ ਸਤਪਾਲ ਸਿੰਘ ਸਿਰਸਾ, ਜੋ ਕਿ ਜਿਨ੍ਹਾਂ ਦਾ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਸੋ ਇਸ ਵਕਤ ਵੀਰ ਵਾਰ ਨੇ ਆ ਨਹੀਂ ਸਕੇ ਅਤੇ ਉਹਨਾਂ ਦੀ ਜਿਹੜੇ ਮਾਤਾ ਜੀ ਆ ਉਹ ਇੱਥੇ ਪਹੁੰਚੇ ਨੇ, ਸੋ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਮਾਤਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪੁੱਤਰ ਦੀ ਜਗ੍ਹਾ ਤੁਹਾਨੂੰ ਸਨਮਾਨ ਕੀਤਾ ਗਿਆ ਪਿੰਡ ਲਹਿੰਗੇਵਾਲੇ ਦਾ? ਹਾਂਜੀ, ਅਸੀਂ ਇਸ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਸਾਨੀ ਅੰਦੋਲਨ ਵਿੱਚ ਵੀ ਬਹੁਤ ਯੋਗਦਾਨ ਦਿੱਤਾ ਅਤੇ ਇਹ ਇੱਕ ਇਹਨਾਂ ਦੀ ਇਹ ਬਹੁਤ ਵੱਡੀ ਯੋਗਦਾਨ ਆ ਵੀ ਜਿਹੜਾ ਸ਼ਹੀਦਾਂ ਨੂੰ ਯਾਦ ਕਰਕੇ ਕੈਂਪ ਲਵਾਉਂਦੇ ਨੇ ਖੂਨਦਾਨ ਕਰਨ ਦਾ, ਭਲਾਈ ਕਰਦੇ ਲੋਕਾਂ ਦੀ। ਸੋ ਮੈਂ ਤਾਂ ਗੱਲ ਕਰੀਏ ਤਾਂ ਉਸ ਸੰਘਰਸ਼ ਦੇ ਵਿੱਚ, ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋਏ ਸੀ। ਸੋ ਕਈ ਮਾਵਾਂ ਦੇ ਪੁੱਤਰ ਸੀ ਜਿਹੜੇ ਕਿ ਆਪਾਂ ਕਹਿ ਸਕਦੇ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀ, ਅੱਜ ਉਹਨਾਂ ਮਾਵਾਂ ਦੇ ਬਾਰੇ? ਉਹਨਾਂ ਮਾਵਾਂ ਦੇ ਇਹੀ ਉਹਨਾਂ ਦਾ ਦੁੱਖ ਪੜਦੇ, ਮੈਂ ਵੀ ਇੱਕ ਮਾਂ ਆ ਵੀ ਬਹੁਤ ਦੁੱਖ ਪ੍ਰਗਟ ਕਰਦੇ ਹਾਂ। ਉਹਨਾਂ ਮਾਵਾਂ ਧੰਨ ਨੇ, ਉਹ ਮਾਵਾਂ ਜਿਨ੍ਹਾਂ ਨੇ ਪੁੱਤ ਉੱਥੇ ਭੇਜੇ, ਸੰਘਰਸ਼ ਕੀਤਾ, ਸ਼ਹੀਦ ਹੋਏ, ਉਹਨਾਂ ਦਾ ਰਹਿੰਦੀ ਦੁਨੀਆ 'ਤੇ ਨਾਂ ਰਹਿਣਾ ਚਾਹੀਦਾ, ਯਾਦ ਕਰਨਾ ਚਾਹੀਦਾ, ਸਭ ਨੂੰ ਯਾਦ ਕਰਨਾ ਚਾਹੀਦਾ। ਉਹ ਆਪਣੇ ਪਿੱਛੇ ਗਏ, ਕਿਸਾਨਾਂ ਪਿੱਛੇ ਗਏ ਜਾਨਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਦਾ, ਜੋ ਸਾਡੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ, ਅਤੇ ਬਾਕੀ ਸਾਰੇ ਇਲਾਕਾ ਵਾਸੀਆਂ ਦਾ, ਪਿੰਡ ਵਾਸੀਆਂ ਦਾ, ਜਿਹੜੀ ਟੀਮ ਖੂਨਦਾਨ ਕੈਂਪ ਕਰਾ ਰਹੀ ਹੈ, ਸਾਡੀ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ, ਅਤੇ ਸਰਪੰਚ ਸਾਹਿਬ ਦਾ, ਸਾਰੀ ਨਗਰ ਪੰਚਾਇਤ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਜੋ ਸਾਡੇ ਮਾਤਾ ਜੀ ਆਏ ਆ, ਇਹਨਾਂ ਦੇ ਬੇਟਿਆਂ ਦਾ ਜੀ ਜੋ ਸੋਇਆ ਪ੍ਰੋਡਕਟ, ਮਿਲਕ ਜਿਹੜੀ ਪ੍ਰੋਡਕਟ ਹੈ, ਉਹ ਆਏ ਸਾਲ ਸਾਨੂੰ ਫਰੀ ਦੇ ਵਿੱਚ ਸੋਇਆ ਪਨੀਰ, ਸੋਇਆ ਦੁੱਧ ਦੀ ਸੇਵਾ ਕਰਦੇ ਲਗਾਤਾਰ 3 ਸਾਲ ਤੋਂ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਹਰੇਕ ਪਿੰਡ ਨੂੰ ਚਾਹੀਦਾ ਵੀ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜੋ ਕਿ ਬਿਮਾਰੀਆਂ ਦਾ ਚੈੱਕਅਪ, ਖੂਨਦਾਨ ਕੈਂਪ, ਕਿਸੇ ਦਾ ਭਲਾ ਹੋ ਸਕੇ। ਸਾਰੇ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਨਸ਼ੇ ਪ੍ਰਤੀ ਜਾਗਰੂਕਤ ਹੁੰਦੀ, ਨਸ਼ੇ ਦਾ ਕੁੜ ਵੱਢਿਆ ਜਾਂਦਾ, ਜੋ ਕਿ ਸਾਡੇ ਪਿੰਡ ਦੇ ਵਿੱਚ ਚਿੱਟਾ ਜਾਂ ਕੋਈ ਹੋਰ ਨਸ਼ਾ 0% ਹੈ। ਅਸੀਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦੇ ਜਿਹੜੇ ਉਪਰਾਲਾ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਅਤੇ ਤੁਹਾਡੀ ਸਮੁੱਚੀ ਟੀਮ ਦਾ ਪਿੰਡ ਲਹਿੰਗੇਵਾਲੇ ਵੱਲੋਂ ਧੰਨਵਾਦ ਕੀਤਾ ਜਾਂਦਾ ਇੱਥੇ ਇਸ ਜਗ੍ਹਾ 'ਤੇ ਪਹੁੰਚਣ 'ਤੇ। ਅਸੀਂ ਹਰ ਸਾਲ ਇਹ ਕੈਂਪ ਲਗਾ ਰਹੇ ਹਾਂ, ਪੂਰੇ 3 ਸਾਲ ਹੋ ਗਏ, ਹੁਣ ਤੀਸਰਾ ਕੈਂਪ ਚੱਲ ਰਿਹਾ। ਨੌਜਵਾਨਾਂ ਦਾ ਪੂਰਾ ਇਸ ਵਾਰ ਰੁਝਾਵ ਹੈ ਔਰ ਕਿਸਾਨਾਂ ਨੇ ਜੋ ਕਿਸਾਨੀ ਸੰਘਰਸ਼ ਕੀਤਾ ਸਾਡੇ ਪਿੰਡ ਦਾ ਪੂਰਨ ਉਹਦੇ ਵਿੱਚ ਯੋਗਦਾਨ ਰਿਹਾ। ਅਸੀਂ ਧੰਨਵਾਦ ਕਰਦੇ ਹਾਂ ਪੂਰੇ ਨਗਰ ਦਾ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਪੂਰਾ ਬੜ ਚੜ੍ਹ ਕੇ ਭਾਗ ਲਿੱਤਾ ਅਤੇ ਹਰ ਪੱਖੋਂ ਮਦਦ ਕੀਤੀ। ਅਤੇ ਦੂਸਰਾ ਇਹ ਹੈ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਕਰਵਾਇਆ ਜਾਂਦਾ। ਦੂਰੋਂ ਨੇੜੋਂ ਸਾਡੇ ਲਹਿੰਗੇਵਾਲਾ, ਰੰਗਾ, ਮੱਤਰ ਤੋਂ ਵੀ ਬਲੱਡ ਡੋਨਰ ਕਰਨ ਵਾਸਤੇ ਲੋਕ ਆਉਂਦੇ ਨੇ। ਹੋਰ ਚੈੱਕਅਪ, ਅੱਖਾਂ ਦਾ ਚੈੱਕਅਪ ਹੋ ਰਿਹਾ, ਸਕਿਨ ਦਾ ਚੈੱਕਅਪ ਹੋ ਰਿਹਾ, ਆਮ ਜਰਨਲ ਮੈਡੀਸਨ ਦਾ ਚੈੱਕਅਪ ਹੋ ਰਿਹਾ। ਅਸੀਂ ਪੂਰੀ ਡਾਕਟਰ ਟੀਮ ਦਾ ਜਿਹੜੇ ਇੱਥੇ ਪਹੁੰਚਿਆ ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ। ਸੋ ਜਿੱਥੇ ਅੱਜ ਪਿੰਡ ਲਹਿੰਗੇਵਾਲਾ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਗਿਆ, ਉਸ ਦੇ ਨਾਲ ਨਾਲ
सिरसा तो एस पी एस होस्पिटल की जी पूरी टीम इतने पहुंची है। सो होर भी जोड़े शरीर के चैकअप है वो किए जा रहे हैं। सो मेरे नाल इस वक्त डॉक्टर निर्मल सिंह मलड़ी वह भी मौजूद है। सो उन्होंने गलबात करते हैं। हाँ जी भाई जी सत्या भाई जी। सो निर्मल सिंह जी अब तीसरा जरा खूनदान कैंप लगाया गया तो उत्थे थोड़े होस्पिटल के वालों पूरी टीम पहुंची है, चैकअप किए जा रहे हैं। सो ज़्यादातर गल करिए जोड़े पेशेंट थोड़े को आ रहे हैं, सो की दिक्कत है, ज़्यादा पेशेंट कि आ रहे हैं? अपने ज़्यादा मरीज बी पी के हो गए, ब्लड प्रैशर लगभग जे जिन्हें भी मरीज देख रहे हैं, जे 10 देख रहे हैं तो 8-9 बी पी की दिक्कत हैगी है, तो शुगर भी लगभग बहुत है। ये बस उही है, खाण पीन दी चीज़ा होंगे अपन आप सही नहीं ले रहे, जा किसी स्पैशलिस्ट डॉक्टर नहीं मिल रहे, दवाई की डोज नहीं सैट हो रही, ये इन्होंने चीज़ों करके ज़्यादा बढ़ रहा, यदि गौर करनी चाहिए है। तो ही असी हर साडा मकसद है कि हर पिंड जाके लोगों को समझाइए कि हाँ तुम सही दवाई लो तो कोई अगे जाके रिस्क ना आए जिंदगी। सो जिन्हें थोड़े को मरीज आ रहे हैं चैकअप कर रहे हैं, जेकर कोई ज़्यादा मन के चलो भी बीमारी वाला मरीज आता तो उन्होंने रैफर वगैरह जो होस्पिटल सिरसा के हाँ जी आ जि इतों जिन्हें भी मरीज देखा असी उत्थे उन्होंने कोई फीस नहीं लगेगी, सरसे जाएंगे जो कोई लोड़वंद है वो हेल्प भी करा, एन जी ओ भी हेल्प करेगी, इन्होंने बोलिया हुआ तो असी भी ज़्यादा तो ज़्यादा डिस्काउंट देवे। ਕਹਿੰਦਾ ਭਾਵੀ ਜਿਹੜੀ ਮੈਡੀਸਿਨ ਵਗੈਰਾ ਜਾਂ ਕੋਈ ਵੀ ਇਲਾਜ ਫ੍ਰੀ ਫ੍ਰੀ ਹੋਊਗਾ ਜੀ। ਹਾਂ ਇੱਥੇ ਵੀ ਅਸੀਂ ਫ੍ਰੀ ਦੇ ਰਹੇ ਹਾਂ, 10 ਦਿਨਾਂ ਦੀ ਦਵਾਈ ਹਰ ਕਿਸੇ ਨੂੰ ਫ੍ਰੀ ਦੇ ਰਹੇ ਹਾਂ, ਜੋ ਵੀ ਸਾਨੂੰ ਦਿਖਾਉਣ ਆ ਰਿਹਾ 10 ਦਿਨਾਂ ਦੀ ਦਵਾਈ ਦੇ ਰਹੇ ਹਾਂ ਜੀ ਹਰ ਕਿਸੇ ਨੂੰ। ਆਪਣੇ ਹੋਸਪਿਟਲ 'ਚ ਬਹੁਤ ਵਧੀਆ ਫੈਸਿਲਿਟੀ ਹੈ ਗੋਡਿਆਂ ਦੇ ਮਰੀਜ਼ਾਂ ਵਾਸਤੇ, ਕਿਸੇ ਨੇ ਗੋਡੇ ਬਦਲਾਉਣੇ ਆ, ਕਿਉਂਕਿ ਆਯੁਸ਼ਮਾਨ ਦਾ ਕਾਰਡ 'ਚ ਕੁਛ ਕੁ ਡਾਕਟਰ ਇਹ ਡਾਕਟਰੀ ਲਾਈਨ ਵੀ ਥੋੜ੍ਹੀ ਖਰਾਬ ਹੀ ਹੋ ਰਹੀ ਹੈ, ਜਾਂ ਪੈਸੇ ਲੈ ਲੈਂਦੇ ਆ ਕਾਰਡ 'ਚ, ਜਾਂ ਅਗਲੇ ਦੇ ਕੰਪਨੀ ਸਹੀ ਨਹੀਂ ਪਾਉਂਦੇ। ਆਪਣੇ ਹੋਸਪਿਟਲ ਦਾ ਰੂਲ ਹੈ ਜੇ ਕੋਈ ਕੈਸ਼ ਦਾ ਮਰੀਜ਼ ਹੈ ਤਾਂ ਵੀ ਉਹੀ ਕੰਪਨੀ ਪਾਵਾਂਗੇ, ਜੇ ਕਾਰਡ ਦਾ ਤਾਂ ਵੀ ਉਹੀ ਪਾਵਾਂਗੇ। ਮਰੀਜ਼ ਦਾ ਸਟੇਅ ਰਹਿੰਦਾ 5 ਦਿਨਾਂ ਦਾ ਹਸਪਤਾਲ 'ਚ, ਜੇ ਕੈਸ਼ ਦਾ ਫਿਰ ਵੀ 5 ਦਿਨ ਰੱਖਾਂਗੇ, ਜੇ ਕਾਰਡ ਦਾ ਫਿਰ ਵੀ 5 ਦਿਨ ਰੱਖਾਂਗੇ। ਬਾਕੀ ਮਲੜੀ ਦੀਆਂ ਮੈਂ ਘੱਟੋ ਘੱਟ 15-17 ਜਿਹੜੇ ਦਿਹਾੜੀਦਾਰ ਬੰਦੇ ਨੇ ਗੋਡੇ ਪਵਾ ਲਏ ਆ, ਮੇਰੀ ਖੁਦ ਦੀ ਮੰਮੀ ਦਾ ਵੀ ਹੋ ਗਿਆ, ਬਹੁਤ ਵਧੀਆ ਰਿਜ਼ਲਟ ਆਪਣਾ ਸਰਸੇ ਦਾ। ਆਪਣੇ ਵਰਗਾ ਜਿਹੜਾ ਕਨੀ ਰਿਪਲੇਸਮੈਂਟ ਹੈ ਬਠਿੰਡੇ ਹਿਸਾਰ ਵੀ ਨਹੀਂ ਹੋ ਰਹੀ, ਇਹ ਆਪਾਂ ਕਹਿ ਸਕਦੇ ਹਾਂ। ਲੁਧਿਆਣੇ ਤੋਂ ਸਪੈਸ਼ਲਿਸਟ ਡਾਕਟਰ ਆਉਂਦੇ ਆ, ਜਿਮਰ ਕੰਪਨੀ ਦਾ ਇੰਪਲਾਂਟ ਪਾ ਰਹੇ ਹਾਂ ਆਪਾਂ, ਲੋਕਲ ਨਹੀਂ ਬਾਹਰ ਦੀ ਕੰਪਨੀ ਹੈ, ਜਿਹਦੇ ਨਾਲ ਚੌਂਕੜੀ ਵੀ ਮਾਰ ਸਕਦਾ ਬੰਦਾ, ਕਿਵੇਂ ਮਰਜ਼ੀ ਤੁਰਿਆ ਫਿਰੇ, ਜਿੰਨੀ ਉਮਰ ਹੁੰਦੀ ਹੈ ਬੰਦਾ ਸੌਖੀ ਟਪਾ ਸਕਦਾ, 20 ਸਾਲ 25 ਸਾਲ 30 ਸਾਲ। ਹਾਂਜੀ ਹਾਂਜੀ।